ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਜਾ ਰਹੇ ਹਾਂ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਟਿੱਪਾਂਵਾਲੀ ਵਿਖੇ। ਟਿੱਪਾਂਵਾਲੀ ਪਿੰਡ ਵੀ 1947 ਦੀ ਵੰਡ ਤੋਂ ਪਹਿਲਾਂ ਮੁਸਲਮਾਨ ਬਰਾਦਰੀ ਦਾ ਪਿੰਡ ਸੀ ਅਤੇ 1947 ਦੀ ਵੰਡ ਵਿੱਚ ਬਹੁਤ ਸਾਰੇ ਜਿਹੜੇ ਪਰਿਵਾਰ ਨੇ ਉਹ ਇੱਥੋਂ ਹਿਜਰਤ ਕਰਕੇ ਗਏ ਨੇ ਅਤੇ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਉਹਨਾਂ ਬਜ਼ੁਰਗਾਂ ਦੇ ਲਈ ਹੀ ਬਣਾ ਰਹੇ ਹਾਂ, ਕਿਉਂਕਿ ਅੱਜ ਉਹ ਆਪਣੇ ਪੁਰਾਣੇ ਪਿੰਡ ਨੂੰ ਵੇਖਣ ਦੀ ਤਾਂਘ ਰੱਖਦੇ ਨੇ, ਉਹ ਆਪਣੇ ਪੁਰਾਣੇ ਪਿੰਡ ਨੂੰ ਵੇਖਣਾ ਚਾਹੁੰਦੇ ਨੇ। ਅਤੇ ਇਹ ਵੀਡੀਓ ਜਿੰਨੀ ਵੀ ਆਪਾਂ ਸ਼ੂਟ ਕੀਤੀ ਆ ਇਹ ਉਹਨਾਂ ਦੇ ਹਿਸਾਬ ਨਾਲ ਆ, ਜੋ ਜੋ ਉਹਨਾਂ ਨੇ ਆਪਣੇ ਪਿੰਡ ਦੀਆਂ ਨਿਸ਼ਾਨੀਆਂ ਦੱਸੀਆਂ ਨੇ ਉਸ ਹਿਸਾਬ ਦੇ ਨਾਲ ਹੀ ਇਹ ਵੀਡੀਓ ਤਿਆਰ ਕਰ ਰਹੇ ਹਾਂ। ਬਜ਼ੁਰਗਾਂ ਦੇ ਦੱਸਣ ਮੁਤਾਬਕ ਪਿੰਡ ਟਿੱਪਾਂਵਾਲੀ ਦੇ ਨਾਲ ਇੱਕ ਛੋਟੀ ਨਹਿਰ ਲੰਘਦੀ ਸੀ ਅਤੇ ਉਹ ਨਹਿਰ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ। ਇਹ ਪੁਰਾਣਾ ਇੱਥੇ ਦਰਖਤ ਆ ਬਹੁਤ ਵੱਡਾ, ਇਹ ਦੋਸਤੋ ਉਹੀ ਨਹਿਰ ਆ ਜਿਹੜੀ ਬਜ਼ੁਰਗ ਦੱਸਦੇ ਨੇ। ਇਹ ਨਹਿਰ ਪਿੰਡ ਸੋਥੇ ਦੇ ਕੋਲੋਂ ਵੱਡੀ ਨਹਿਰ ਦੇ ਵਿੱਚੋਂ ਨਿਕਲਦੀ ਆ ਅਤੇ ਵਾਇਆ ਰਪਾਣਾ ਹੋ ਕੇ ਅੱਗੇ ਝੀਂਡ ਵਾਲੇ ਦੇ ਕੋਲ ਇਹ ਦੋ ਹਿੱਸਿਆਂ ਦੇ ਵਿੱਚ ਵੰਡੀ ਜਾਂਦੀ ਆ ਅਤੇ ਉਸ ਤੋਂ ਬਾਅਦ ਇਹ ਇੱਥੇ ਟਿੱਪਾਂਵਾਲੀ ਵੀ ਇਸ ਦੀਆਂ ਦੋ ਸ਼ਾਖਾ ਬਣ ਜਾਂਦੀਆਂ ਨੇ। ਇਹ ਇੱਥੇ ਨਹਿਰੀ ਕੋਠੀ ਆ, ਨਹਿਰੀ ਵਿਭਾਗ ਦੇ ਦਫ਼ਤਰ ਨੇ। ਅਤੇ ਇਹ ਦੋਸਤੋ ਜਿਹੜੀ ਨਹਿਰ ਦੀ ਦਾਸਤਾਂ ਉਹ ਵੀ ਬਹੁਤ ਦਰਦਨਾਕ ਆ। ਬਜ਼ੁਰਗ ਦੱਸਦੇ ਨੇ ਕਿ ਜਦੋਂ 1947 ਦੀ ਵੰਡ ਹੋਈ ਤਾਂ ਇੱਥੋਂ ਦੀ ਕਾਫਲੇ ਲੰਘੇ ਤਾਂ ਇਹ ਜਿਹੜੀ ਨਹਿਰ ਸੀ ਇਹ ਨਹਿਰ ਉਸ ਸਮੇਂ ਲਾਸ਼ਾਂ ਅਤੇ ਖੂਨ ਦੇ ਨਾਲ ਭਰੀ ਹੋਈ ਵਗ ਰਹੀ ਸੀ, ਕਿਉਂਕਿ ਰੁਪਾਣੇ ਦੇ ਕੋਲ ਕਹਿੰਦੇ ਕਿ ਬਹੁਤ ਵੱਡਾ ਇੱਕ ਕਾਫਲਾ ਸੀ ਜਿਸ ਦੀ ਵੱਢ ਟੁੱਕ ਹੋਈ ਸੀ ਅਤੇ ਉਹ ਜਿਹੜੀਆਂ ਲਾਸ਼ਾਂ ਸੀ ਉਹਨਾਂ ਨੂੰ ਇਸੇ ਨਹਿਰ ਦੇ ਵਿੱਚ ਹੀ ਸੁੱਟਿਆ ਗਿਆ ਸੀ। ਅਤੇ ਬਜ਼ੁਰਗ ਦੱਸਦੇ ਆ ਕਿ ਜਦੋਂ ਪਿੰਡ ਟਿੱਪਾਂਵਾਲੀ ਤੋਂ ਕਾਫਲਾ ਨਿਕਲਿਆ ਸੀ ਅਤੇ ਇਸ ਨਹਿਰ ਦੇ ਉੱਪਰ ਦੀ ਗੁਜ਼ਰਿਆ ਸੀ ਤਾਂ ਇਸ ਨਹਿਰ ਨੂੰ ਦੇਖਿਆ ਨਹੀਂ ਸੀ ਜਾਂਦਾ। ਇਹ ਨਹਿਰ ਦੇ ਵਿੱਚ ਬਹੁਤ ਸਾਰੀਆਂ ਲਾਸ਼ਾਂ ਅਤੇ ਜਿਹੜਾ ਖੂਨ ਉਹ ਵਗ ਰਿਹਾ ਸੀ। ਇਹ ਸਾਹਮਣੇ ਜਿਹੜੀ ਸੜਕ ਆ ਇਹ ਖੱਬੇ ਪਾਸੇ ਅਗਰ ਗੱਲ ਕਰੀਏ ਤਾਂ ਮਲੋੜ ਚਲੀ ਜਾਂਦੀ ਆ। ਇੱਧਰ ਜਿਹੜੇ ਪਿੰਡ ਆਉਂਦੇ ਨੇ ਉਹ ਪਿੰਡ ਪੰਨੀ ਵਾਲਾ ਛੋਟੀ ਜਿਹੀ ਮੰਡੀ ਆ ਅਤੇ ਉਸ ਤੋਂ ਅੱਗੇ ਜਿਸ ਤਰ੍ਹਾਂ ਮਿੱਡਾ ਆ ਜਾਂਦਾ ਹੈ ਜਾਂ ਬੋਦੀ ਵਾਲਾ ਆ ਜਾਂਦਾ ਹੈ, ਆਲਮ ਵਾਲਾ, ਵਿਰਕਾਂ ਅਤੇ ਮਲੋੜ ਚਲੀ ਜਾਂਦੀ ਆ। ਅਗਰ ਆਪਾਂ ਦੂਜੇ ਪਾਸੇ ਗੱਲ ਕਰਾਂਗੇ ਤਾਂ ਜਿਹੜਾ ਸੱਜੇ ਪਾਸੇ ਸੜਕ ਜਾ ਰਹੀ ਹੈ ਇਹ ਸਾਹਮਣੇ ਵਾਲੀ ਸੜਕ ਪਿੰਡ ਘੜਿਆਣੇ ਨੂੰ ਚਲੀ ਜਾਂਦੀ ਆ। ਇਸ ਤੋਂ ਇਲਾਵਾ ਦੋਸਤੋ ਜਦੋਂ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਪੁਰਾਣੀਆਂ ਇੱਥੇ ਦੁਕਾਨਾਂ ਕਹਿ ਸਕਦੇ ਹਾਂ ਜੋ ਚਾਹ ਦੇ ਖੋਖੇ ਹੁੰਦੇ ਨੇ ਉਹ ਬਣੇ ਹੋਏ ਆ ਅਤੇ ਲੋਕ ਵਿਹਲੇ ਸਮੇਂ ਦੇ ਵਿੱਚ ਇੱਥੇ ਬੈਠਦੇ ਵੀ ਆ। ਇਹ ਉਹੀ ਜਿਹੜੇ ਪੁਰਾਣੇ ਇੱਥੇ ਦਫ਼ਤਰ ਬਣੇ ਹੋਏ ਨੇ ਨਹਿਰੀ ਵਿਭਾਗ ਦੇ, ਉਹ ਆਪਾਂ ਦੇਖ ਰਹੇ ਹਾਂ ਵੀਡੀਓ ਦੇ ਵਿੱਚ। ਇਹ ਪਿੰਡ ਟਿੱਪਾਂਵਾਲੀ ਦਾ ਸਕੂਲ ਆ, ਇਹ ਬਿਲਕੁਲ ਸੜਕ ਦੇ ਉੱਪਰ ਆ। ਇਹ ਬਜ਼ੁਰਗ ਦੇ ਕੇ ਅੰਦਾਜ਼ਾ ਲਗਾ ਲੈਣਗੇ ਕਿ ਉਸ ਸਮੇਂ ਵੀ ਸਕੂਲ ਹੁੰਦਾ ਸੀ ਜਾਂ ਬਾਅਦ ਵਿੱਚ ਬਣਿਆ। ਅਤੇ ਇਸ ਦੇ ਬਿਲਕੁਲ ਜਿਹੜਾ ਨਾਲ ਵਾਟਰ ਵਰਕਸ ਬਣਿਆ ਹੋਇਆ ਜਿੱਥੋਂ ਸਾਰੇ ਪਿੰਡ ਨੂੰ ਪਾਣੀ ਦੀ ਸਪਲਾਈ ਜਾਂਦੀ ਆ, ਇਹ ਵੀ ਬਿਲਕੁਲ ਰੋਡ ਦੇ ਉੱਪਰ ਹੀ ਆ। ਅਤੇ ਅੱਗੇ ਦੋਸਤੋ ਜਿਹੜੀ ਇਹ ਸਿੱਧੀ ਸੜਕ ਜਾ ਰਹੀ ਆ ਇਹ ਫਾਜ਼ਿਲਕਾ ਜਿਹਦਾ ਪੁਰਾਣਾ ਨਾਮ ਬੰਗਲਾ ਵੀ ਸੀ ਉੱਥੇ ਜਾਂਦੀ ਆ। ਅਤੇ ਇੱਥੋਂ ਥੋੜ੍ਹੀ ਦੂਰ 'ਤੇ ਅੱਗੇ ਇੱਕ ਛੋਟੀ ਜਿਹੀ ਮੰਡੀ ਆਉਂਦੀ ਆ, ਅਰਨੀ ਵਾਲਾ, ਸ਼ੇਖ ਚੌਹਾਨ। ਅਤੇ ਹੁਣ ਦੋਸਤੋ ਆਪਾਂ ਪਿੰਡ ਟਿੱਪਾਂਵਾਲੀ ਦੇ ਵਿੱਚ ਜਾਵਾਂਗੇ, ਪਿੰਡ ਟਿੱਪਾਂਵਾਲੀ ਦੇ ਵੀ ਆਪਾਂ ਸਾਰੇ ਬਜ਼ੁਰਗਾਂ ਨੂੰ ਸੈਰ ਕਰਾਵਾਂਗੇ। ਅਤੇ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ, ਸਾਰਾ ਆਪਾਂ ਜਿਹੜਾ ਪਿੰਡ ਆ ਉਹ ਚਾਰ ਚੁਫੇਰਿਓਂ ਦਿਖਾਉਣ ਦੀ ਇੱਕ ਕੋਸ਼ਿਸ਼ ਕਰਾਂਗੇ। ਇਹ ਜਿਹੜਾ ਟਿੱਪਾਂਵਾਲੀ ਪਿੰਡ ਆ ਇਸ ਨੂੰ ਮੌਜੂਦਾ ਜਿਹੜਾ ਜ਼ਿਲ੍ਹਾ ਉਹ ਫਾਜ਼ਿਲਕਾ ਲੱਗਦਾ ਹੈ। ਅਤੇ ਦੋਸਤੋ 47 ਦੀ ਵੰਡ ਵੇਲੇ ਇਸ ਦਾ ਜਿਹੜਾ ਜ਼ਿਲ੍ਹਾ ਸੀ ਉਹ ਫਿਰੋਜ਼ਪੁਰ ਸੀ ਅਤੇ ਜਦੋਂ ਫਾਜ਼ਿਲਕਾ ਜ਼ਿਲ੍ਹਾ ਬਣਿਆ ਤਾਂ ਉਸ ਸਮੇਂ ਫਿਰ ਇਹ ਜਿਹੜਾ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਪਿੰਡ ਆ ਗਿਆ। ਵੈਸੇ ਇਸ ਦੇ ਜਿਹੜੇ ਆਸੇ ਪਾਸੇ ਸਰਹੱਦੀ ਜ਼ਿਲ੍ਹਾ ਕਹਿ ਲਓ ਉਹ ਮੁਕਤਸਰ ਵੀ ਲੱਗਦਾ, ਮੁਕਤਸਰ ਦੀ ਹੱਦ ਵੀ ਲੱਗਦੀ ਆ, ਇਹਨੂੰ ਮੁਕਤਸਰ ਸ਼ਹਿਰ ਵੀ ਨੇੜੇ ਲੱਗਦਾ। ਬਜ਼ੁਰਗ ਵੀ ਦੱਸਦੇ ਆ ਕਿ ਜਦੋਂ 47 ਦੀ ਵੰਡ ਨਹੀਂ ਸੀ ਹੋਈ ਤਾਂ ਉਸ ਤੋਂ ਪਹਿਲਾਂ ਜਿਹੜੇ ਲੋਕ ਬਲਦ ਗੱਡਿਆਂ 'ਤੇ ਮੁਕਤਸਰ ਮੰਡੀ ਅਕਸਰ ਹੀ ਜਾਇਆ ਕਰਦੇ ਸਨ। ਇਹਨੂੰ ਮਲੋਟ ਸ਼ਹਿਰ ਵੀ ਨੇੜੇ ਲੱਗਦਾ ਹੈ, ਹਬੋਰ ਕੁਛ ਦੂਰੀ 'ਤੇ ਆ ਅਤੇ ਦੂਜੇ ਪਾਸੇ ਫਾਜ਼ਿਲਕਾ ਸ਼ਹਿਰ ਵੀ ਇਸ ਨੂੰ ਲੱਗਦਾ ਹੈ। ਛੋਟੀਆਂ ਮੰਡੀਆਂ ਦੀ ਗੱਲ ਕਰੀਏ ਤਾਂ ਇਸ ਦੇ ਨੇੜੇ ਜਿਸ ਤਰ੍ਹਾਂ ਪੰਨੀ ਵਾਲਾ ਮੰਡੀ ਆ ਅਤੇ ਇੱਕ ਪਾਸੇ ਅਰਨੀ ਵਾਲਾ ਸ਼ੇਖ ਚੌਹਾਨ ਮੰਡੀ ਲੱਗਦੀ ਆ।
ਜਿਹੜੇ ਨੇੜੇ ਨੇੜੇ ਦੇ ਪਿੰਡ ਨੇ ਉਹ ਪਿੰਡ ਜਿਸ ਤਰ੍ਹਾਂ ਇੱਕ ਪਾਸੇ ਮੂਲਿਆਂ ਵਾਲਾ ਡੱਬ ਵਾਲਾ ਕਲਾਂ ਆ ਜਾਂਦਾ ਹੈ, ਉੜਾਂਗ ਆ ਜਾਂਦਾ ਹੈ, ਬਾਮਾ ਆ ਜਾਂਦਾ ਹੈ, ਇਸ ਤੋਂ ਇਲਾਵਾ ਪੰਨੀ ਵਾਲਾ ਆ ਗਿਆ, ਮਿੱਡਾ ਆ ਗਿਆ, ਮੋਲਾਂ, ਰਾਣੀ ਵਾਲਾ, ਇਹ ਸਾਰੇ ਜਿਹੜੇ ਪਿੰਡ ਇਸ ਦੇ ਨਜ਼ਦੀਕ ਲੱਗਦੇ ਨੇ। ਦੋਸਤੋ, ਜਿਹੜੇ ਬਜ਼ੁਰਗ ਇਸ ਵੀਡੀਓ ਨੂੰ ਦੇਖ ਰਹੇ ਹੋਣਗੇ ਉਹ ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲਗਾ ਲੈਣਗੇ ਕਿ ਉਹਨਾਂ ਦਾ ਜਿਹੜਾ ਪਿੰਡ ਦੇ ਵਿੱਚ ਘਰ ਸੀ ਉਹ ਕਿਹੜੇ ਪਾਸੇ ਸੀ। ਇਹ ਆਪਾਂ ਪਿੰਡ ਦੇ ਉੱਪਰ ਦੀ ਸਾਰੀ ਫਿਰਨੀ ਘੁੰਮ ਕੇ ਅੱਗੇ ਚਾਰ ਚੁਫੇਰਾ ਪਿੰਡ ਦਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਪਿੰਡ ਟਿੱਪਾਂ ਵਾਲੀ ਤੋਂ ਜਿਹੜੇ ਲੋਕ 1947 ਦੀ ਵੰਡ ਵੇਲੇ ਉੱਠ ਕੇ ਗਏ ਨੇ ਉਹ ਇਸ ਸਮੇਂ ਜ਼ਿਲ੍ਹਾ ਉਕਾੜਾ ਦੇ ਪਿੰਡ ਕੋਟਲੇ ਪਰਮੇਸ਼ਰੀ ਦਾਸ ਦੇ ਵਿੱਚ ਬੈਠੇ ਨੇ। ਕਹਿੰਦੇ ਇਹ ਦੋ ਕੋਟਲੇ ਨੇ, ਦੋ ਭਰਾਵਾਂ ਦੇ ਨਾਮ 'ਤੇ ਸੀ, ਇੱਕ ਕੋਟਲਾ ਪਰਮੇਸ਼ਰੀ ਦਾਸ ਅਤੇ ਇੱਕ ਕੋਟਲਾ ਮਾਧੂ ਰਾਮ ਪੈਂਦਾ ਹੈ। ਇਹ ਦੋ ਵੱਖ ਵੱਖ ਪਿੰਡ ਨੇ ਅਤੇ ਦੋ ਸਕੇ ਭਰਾਵਾਂ ਦੇ ਪਿੰਡ ਨੇ। ਜ਼ਿਲ੍ਹਾ ਉਕਾੜਾ ਦੇ ਵਿੱਚ ਇਸ ਸਮੇਂ ਬੈਠੇ ਹੋਏ ਨੇ ਜਿਹੜੇ ਪਿੰਡ ਟਿੱਪਾਂ ਵਾਲੀ ਤੋਂ ਲੋਕ ਉੱਠ ਕੇ ਗਏ ਸੀ। ਇੱਥੇ ਜਿਹੜੇ ਘਰ ਸੀ ਉਹ ਕਹਿੰਦੇ ਜੋਈਆ ਬਰਾਦਰੀ ਦੇ ਘਰ ਸੀ ਅਤੇ ਉਹਨਾਂ ਨੂੰ ਰਾਣੇ ਰਾਜਪੂਤ ਵੀ ਕਿਹਾ ਜਾਂਦਾ ਸੀ। ਕੁਛ ਘਰ ਇਸ ਪਿੰਡ ਦੇ ਵਿੱਚ ਮਾਛੀਆਂ ਦੇ ਘਰ ਸਨ। ਉਸ ਸਮੇਂ ਬਜ਼ੁਰਗ ਦੱਸਦੇ ਆ ਕਿ ਉਹਨਾਂ ਦਾ ਜਿਹੜਾ ਘਰ ਸੀ ਇੱਥੇ ਕੋਈ ਪੁਰਾਣਾ ਈਸ਼ਰ ਸੇਠ ਜਾਂ ਈਸ਼ਰ ਕਰਿਆੜ ਸੀ ਅਤੇ ਇੱਕ ਕੋਈ ਦੀਨੂ ਸੀ। ਉਹਨਾਂ ਦੇ ਨੇੜੇ ਹੀ ਇਹਨਾਂ ਪਰਿਵਾਰਾਂ ਦੇ ਘਰ ਸੀ ਜਿਹੜੇ ਲੋਕ ਹੁਣ ਇਸ ਸਮੇਂ ਟਿੱਪਾਂ ਵਾਲੀ ਪਿੰਡ ਦੇ ਵਿੱਚ ਰਹਿੰਦੇ ਨੇ। ਸ਼ਾਇਦ ਉਹਨਾਂ ਨੂੰ ਉਹਨਾਂ ਦੇ ਬਾਰੇ ਜਾਣਕਾਰੀ ਹੋਵੇਗੀ ਕਿ ਉਹ ਪਰਿਵਾਰਾਂ ਦੇ ਜਾਂ ਉਹ ਸੇਠਾਂ ਦੀ ਦੁਕਾਨ ਕਿੱਥੇ ਸੀ ਅਤੇ ਉਹ ਘਰ ਕਿਹੜੇ ਪਾਸੇ ਸੀ। ਇਹ ਦੋਸਤੋ ਆਪਾਂ ਕੋਸ਼ਿਸ਼ ਕੀਤੀ ਆ ਪਿੰਡ ਟਿੱਪਾਂ ਵਾਲੀ ਚਾਰ ਚੁਫੇਰਿਓਂ ਸਾਰਾ ਕਵਰ ਕਰਨ ਦੀ। ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਆ ਜੇ ਅਤੇ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਜੇ। ਅਤੇ ਸਾਡੇ ਅਦਾਰੇ ਦੇ ਵੱਲੋਂ ਹਮੇਸ਼ਾ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਜਾਰੀ ਰਹਿਣਗੀਆਂ। ਤੁਸੀਂ ਹਮੇਸ਼ਾ ਆਪਣੀ ਸਪੋਰਟ ਸਾਨੂੰ ਕਰਦੇ ਰਹੋ ਤਾਂ ਕਿ ਆਪਾਂ ਵੱਧ ਤੋਂ ਵੱਧ ਜਿਹੜੇ ਇਸ ਤਰ੍ਹਾਂ ਦੇ ਪਿੰਡ ਨੇ ਉਹਨਾਂ ਨੂੰ ਕਵਰ ਕਰ ਸਕੀਏ ਅਤੇ ਜਿਹੜੇ ਪੁਰਾਣੇ ਬਜ਼ੁਰਗ ਆਪਣੇ ਪਿੰਡਾਂ ਨੂੰ ਵੇਖਣ ਦੀ ਤਾਂਘ ਰੱਖਦੇ ਨੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਪੁਰਾਣੇ ਪਿੰਡ ਉਹ ਇਸੇ ਤਰ੍ਹਾਂ ਵਿਖਾਉਂਦੇ ਰਹੀਏ। ਧੰਨਵਾਦ ਦੋਸਤੋ।